ਪ੍ਰੋਗਰਾਮ ਸੀਗਾ ਫੈਡਰਲ ਸਟਰਕਚਰ ਨੂੰ ਲੈ ਕੇ ਜਿਹੜਾ ਲਗਾਤਾਰ ਚਰਚਾ ਚੱਲ ਰਹੀ ਹੈ ਕਿ ਹਮਲਾ ਹੋ ਰਿਹਾ ਹੈਗਾ ਕਿ ਇਸ ਨਜ਼ਰੀਏ ਨਾਲ ਅਹਿਮੀਅਤ ਸਮਝਦੇ ਹੋ ਤੇ ਜਿਹੜੇ ਮਤਿਆਂ ਦਾ ਜ਼ਿਕਰ ਹੋ ਰਿਹਾ ਵੀ ਮਤੇ ਪਾਉਣੇ ਚਾਹੀਦੇ ਕੀ ਲੱਗਦਾ ਕਿ ਲੋੜ ਹੈਗੀ ਸਮੇਂ ਦੀ ਹੈ ਦੇਖੋ ਬਿਲਕੁਲ ਜਿਹੜੇ ਸਾਡੇ ਦੇਸ਼ ਦੀ ਜਿਹੜੀ ਆਤਮਾ ਹੈ ਉਹ ਸਾਡਾ ਫੈਡਰਲ ਸਟਰਕਚਰ ਹੈ ਔਰ ਫੈਡਰਲਿਜ਼ਮ ਤੋਂ ਬਿਨਾ ਤੁਸੀਂ ਦੇਸ਼ ਦਾ ਤਸੱਵਰ ਨਹੀਂ ਕਰ ਸਕਦੇ ਔਰ ਪਿਛਲੇ 25-30 ਸਾਲਾਂ ਤੋਂ ਲਗਾਤਾਰ ਸਾਡੇ ਦੇਸ਼ ਦੀ ਆਤਮਾ 'ਤੇ ਫੈਡਰਲਿਜ਼ਮ 'ਤੇ ਸਿੱਧੇ ਹਮਲੇ ਹੋ ਰਹੇ ਸੋ ਇਹਨਾਂ ਨੂੰ ਬਿਲਕੁਲ ਰੋਕਣਾ ਚਾਹੀਦਾ ਔਰ ਦੇਸ਼ ਨੂੰ ਅੱਗੇ ਹੋ ਕੇ ਪੰਜਾਬੀ ਤਾਂ ਫਿਰ ਵੀ ਹਰ ਲੜਾਈ ਦੇ ਵਿੱਚ ਅੱਗੇ ਹੁੰਦੇ ਪੰਜਾਬੀ ਅੱਗੇ ਲੱਗਣ ਲਈ ਤਿਆਰ ਹੈ ਲੇਕਿਨ ਦੇਸ਼ ਨੂੰ ਸਾਰੇ ਭਾਸ਼ਾਈ ਖਿੱਤਿਆਂ ਜਿਨ੍ਹਾਂ ਦੇ ਵੱਖਰੇਵੇਂ ਹੈਗੇ ਨੇ ਉਹ ਬਿਊਟੀ ਹੈ ਸਾਡੇ ਦੇਸ਼ ਦੀ ਉਹਨਾਂ ਸਾਰਿਆਂ ਨੂੰ ਆਪਦੀ ਆਈਡੈਂਟੀ ਕਾਇਮ ਰੱਖਣੀ ਚਾਹੀਦੀ ਔਰ ਤਾਂ ਹੀ ਦੇਸ਼ ਤਕੜਾ ਹੋਏਗਾ ਔਰ ਇਹ ਜਦੋਂ ਸਾਡੇ ਕੌਂਸਟੀਟਿਊਸ਼ਨ ਜਿਹੜੇ ਨਿਰਮਾਤਾ ਸੀ ਜਿਹੜੀ ਕੌਂਸਟੀਟਿਊਸ਼ਨ ਕਮੇਟੀ ਸੀ ਉਹਨਾਂ ਦੀ ਭਾਵਨਾ ਵੀ ਇਹੀ ਸੀ ਕਿਉਂਕਿ ਐਡੇ ਵੱਡੇ ਡਾਇਵਰਸ ਦੇਸ਼ ਨੂੰ ਇਕੱਠਾ ਰੱਖਣਾ ਤਕੜਾ ਰੱਖਣਾ ਉਹਦੇ 'ਚ ਫੈਡਰਲਿਜ਼ਮ ਉਹਦੇ ਲਈ ਜ਼ਰੂਰੀ ਹੈ ਸੋ ਅੱਜ ਦੇ ਜਿਹੜੇ ਮਤਿਆਂ ਦੀ ਗੱਲ ਹੈ ਬਿਲਕੁਲ ਠੀਕ ਹੈ ਟ੍ਰੇਡ ਹੋਣਾ ਚਾਹੀਦਾ ਟ੍ਰੇਡ ਇਕੱਲਾ ਜੇ ਮਤਲਬ ਸਾਰਾ ਐਗਰੀਕਲਚਰ ਕਾਰਪੋਰੇਟ ਕੋਲ ਆਉਂਦਾ ਫਿਰ ਹੀ ਖੁੱਲ੍ਹੇਗਾ ਟ੍ਰੇਡ ਟ੍ਰੇਡ ਖੁੱਲ੍ਹਣਾ ਚਾਹੀਦਾ ਉਹਦੇ ਨਾਲ ਦੇਸ਼ ਦੀ ਤਰੱਕੀ ਹੋਏਗੀ ਜੇ ਕੋਈ ਸਾਡੀ ਕੋਈ ਚੀਜ਼ ਜਾਣੀ ਇੱਥੋਂ ਲਾਹੌਰ ਜਾਣੀ ਹੈ ਤਾਂ ਉਹ ਵਾਇਆ ਕਰਾਚੀ ਕਿਉਂ ਜਾਵੇ ਜੀ ਠੀਕ ਹੈ ਜੀ ਫਿਰ ਸਾਡੀਆਂ ਜੇ ਕਹਿੰਦੇ ਵੀ ਉੱਥੋਂ ਟੈਰਰਿਜ਼ਮ ਆਉਂਦਾ ਜਾਂ ਕੁਝ ਹੋਰ ਚੀਜ਼ ਆਉਂਦੀ ਹੈ ਤਾਂ ਫਿਰ ਕਾਹਦੇ ਲਈ ਹੈ ਸਾਡੀ BSF ਕਾਹਦੇ ਲਈ ਸਾਡੀ ਏਜੰਸੀਆਂ ਸੋ ਉਹਨਾਂ ਨੂੰ ਆਪਾਂ ਨੂੰ ਥੋੜ੍ਹਾ ਸਸ਼ਕਤ ਕਰਨਾ ਚਾਹੀਦਾ ਸੋ ਜਿਹੜੀਆਂ ਡਾਇਰੈਕਟ ਫਲਾਈਟ ਹੈ ਉਹਨਾਂ ਦੀ ਗੱਲ ਵੀ ਮੈਂ ਆਪਦੇ ਤੌਰ 'ਤੇ ਵੀ ਚੱਕੀ ਹੈ ਮੈਂ ਵੱਖ ਵੱਖ ਜਿਹੜੇ ਕੇਂਦਰ ਸਰਕਾਰ ਦੇ ਮੰਤਰੀ ਸਾਹਿਬਾਨ ਉਹਨਾਂ ਨੂੰ ਮਿਲਦਾ ਰਿਹਾ ਅਤੇ ਮੁੱਖ ਮੰਤਰੀ ਸਾਹਿਬ ਵੀ ਆਪਦੇ ਤੌਰ 'ਤੇ ਲੱਗੇ ਹੋਏ ਆ ਔਰ ਕੋਈ ਮੈਨੂੰ ਲੱਗਦਾ ਹੈ ਵੀ ਇਹ ਜਲਦੀ ਹੱਲ ਵੀ ਹੋ ਜਾਏਗਾ ਜੇ ਮਤਾ ਪੈ ਜਾਵੇ ਕੋਈ ਮਾੜੀ ਗੱਲ ਨਹੀਂ ਵਿਧਾਨ ਸਭਾ 'ਚ ਲਿਆਉਂਦੀ ਸੋਚੋਗੇ ਅਜਿਹੇ ਮਤੇ ਇਹ ਦੇਖੋ ਸਪੀਕਰ ਦਾ ਕੰਮ ਉਹਨਾਂ ਨੂੰ ਅਲਾਓ ਕਰਨਾ ਜੇ ਕੋਈ ਮਾਣਯੋਗ ਵਿਧਾਇਕ ਇਸ ਚੀਜ਼ ਦੀ ਮੰਗ ਕਰੇਗਾ ਤਾਂ ਮੈਂ ਅਲਾਓ ਕਰੂੰਗਾ ਸਪੀਕਰ ਸਾਹਿਬ ਜਿੱਥੋਂ ਤੱਕ ਗੱਲ ਕਰੀਏ ਤੁਸੀਂ ਫੈਡਰਲਿਜ਼ਮ ਦੀ ਗੱਲ ਕੀਤੀ ਹੈ ਫੈਡਰਲਿਜ਼ਮ ਦੀ ਗੱਲ ਤਾਂ ਹਰ ਕੋਈ ਕਰਦਾ ਸੈਮੀਨਾਰਸ ਵੀ ਬਹੁਤ ਹੁੰਦੇ ਵਿਚਾਰ ਚਰਚਾਵਾਂ ਵੀ ਲਗਾਤਾਰ ਕਈ ਸਾਲਾਂ ਤੋਂ ਹੋ ਰਹੀਆਂ ਨੇ ਪਰ ਚੁੱਕੇਗਾ ਕੌਣ ਬੇੜਾ ਨਹੀਂ ਜੇ ਗੱਲ ਹੋਏਗੀ ਤਾਂ ਹੀ ਚੁੱਕਿਆ ਜਾਣਾ ਨਾ ਜੀ ਬਹੁਤ ਲੰਬੇ ਸਮੇਂ ਤੋਂ ਨਹੀਂ ਬਿਲਕੁਲ ਚੁੱਕ ਰਹੇ ਨੇ ਸਾਰੇ ਲੋਕ ਕਾਫੀ ਬਹੁਤ ਲੋਕ ਨੇ ਜਿਹੜੇ ਫੈਡਰਲਿਜ਼ਮ ਦੇ ਮਦਾਈ ਆ ਔਰ ਇਕੱਲੇ ਪੰਜਾਬ 'ਚ ਨਹੀਂ ਸਾਰੇ ਦੇਸ਼ ਦੇ ਵਿੱਚ ਮਦਾਈ ਹੈਗੇ ਨੇ ਸੋ ਉਹਨਾਂ ਨੂੰ ਇਕੱਠੇ ਹੋਣ ਦੀ ਲੋੜ ਜਦੋਂ ਇਕੱਠੇ ਹੋ ਫਿਰ ਚੁੱਕਿਆ ਵੀ ਜਾਏਗਾ ਇੱਕ ਬੜੀ ਅਹਿਮ ਚੀਜ਼ ਜਿਹੜੇ ਲੋਕ ਆਵਾਜ਼ ਚੱਕਣ ਦੀ ਕੋਸ਼ਿਸ਼ ਕਰਦੇ ਉਹਨਾਂ 'ਤੇ ਕੋਈ ਨਾ ਕੋਈ ਐਕਸ਼ਨ ਹੋ ਰਹੇ ਨੇ ਹੁਣ ਅਸੀਂ ਜੇ ਗੱਲ ਕਰੀਏ ਅਰਵਿੰਦ ਕੇਜਰੀਵਾਲ ਨੂੰ ਵੀ CBI ਨੇ ਬੁਲਾ ਲਿਆ ਹੈਗਾ ਤਾਂ ਕਿਸ ਤਰੀਕੇ ਨਾਲ ਦੇਖਦੇ ਹੋ ਇਹ ਚੀਜ਼ ਨੂੰ ਦੇਖੋ ਜੀ ਅਰਵਿੰਦ ਕੇਜਰੀਵਾਲ ਹੋ ਗਏ ਸੰਜੇ ਸਿੰਘ ਹੋ ਗਏ ਜਿਨ੍ਹਾਂ ਲੋਕਾਂ ਦਾ ਮਤਲਬ ਕੋਈ ਮੰਨ ਹੀ ਨਹੀਂ ਸਕਦਾ ਵੀ ਇਹ ਕਿਸੇ ਕਰਪਸ਼ਨ ਦੇ ਵਿੱਚ ਇਨਵੋਲਵਡ ਹੋਣਗੇ ਉਹ ਸਿਰਫ ਅਗਲੇ ਇਲੈਕਸ਼ਨ ਦੀ ਤਿਆਰੀ ਹੈ ਡਰਾਉਣ ਦੀ ਕੋਸ਼ਿਸ਼ ਹੈ ਲੇਕਿਨ ਅਰਵਿੰਦ ਕੇਜਰੀਵਾਲ ਤਾਂ ਡਰਨ ਵਾਲੇ ਇਨਸਾਨ ਹੀ ਨਹੀਂ ਹੈ ਅਰਵਿੰਦ ਕੇਜਰੀਵਾਲ ਇੱਕ ਫਾਈਟਰ ਨੇ ਜਿਨ੍ਹਾਂ ਨੇ ਸਹੀ ਜਿਹੜਾ ਸਹੀ ਤਰੀਕੇ ਦੇ ਨਾਲ ਹਿੰਦੁਸਤਾਨ ਦੇ ਲੋਕਾਂ ਨੂੰ ਇੰਪਾਵਰ ਕਰਨ ਦੀ ਗੱਲ ਕੀਤੀ ਉਹਨਾਂ ਨੇ ਮਤਲਬ ਉਹ ਸਾਰੀਆਂ ਸਹੂਲਤਾਂ ਇੱਕ ਆਮ ਬੰਦੇ ਨੂੰ ਦੇਣ ਦੀ ਕੋਸ਼ਿਸ਼ ਕੀਤੀ ਫ੍ਰੀ ਇਲਾਜ ਕਰ ਸਿਰਫ ਨੇਤਾ ਨੂੰ ਮਿਲਦਾ ਸੀ ਅਫਸਰ ਨੂੰ ਮਿਲਦਾ ਸੀ ਆਮ ਲੋਕਾਂ ਨੂੰ ਦਿੱਤਾ ਉਹ ਦਿੱਲੀ ਗੱਲ ਨਹੀਂ ਕੀਤੀ ਦੇ ਕੇ ਦਿਖਾਇਆ ਐਜੂਕੇਸ਼ਨ ਮਿਆਰੀ ਐਜੂਕੇਸ਼ਨ ਸਸਤ ਜਿਹੜੀ ਐਜੂਕੇਸ਼ਨ ਜਿਹੜੀ ਸਿਰਫ ਅਮੀਰਾਂ ਦੇ ਬੱਚਿਆਂ ਨੂੰ ਮਿਲਦੀ ਸੀ ਉਹ ਦਿੱਲੀ ਦੇ ਕੇ ਦਿਖਾਈ ਉਹ ਕਿਤੇ ਨਾ ਕਿਤੇ ਇਹ ਚਾਹੁੰਦੇ ਨਹੀਂ ਹੈ ਜਿਹੜੇ ਲੋਕ ਸੱਤਾ ਦੇ ਉੱਤੇ ਕਾਬਜ਼ ਨੇ ਉਹ ਚਾਹੁੰਦੇ ਵੀ ਇਸ ਤਰ੍ਹਾਂ ਜੇ ਸਾਰੇ ਐਜੂਕੇਟ ਹੋ ਗਏ ਤਾਂ ਫਿਰ ਉਹਨਾਂ ਨੂੰ ਕੋਈ ਸਵਾਲ ਕਰਨਗੇ ਸੋ ਐਜੂਕੇਸ਼ਨ ਦਾ ਜਿਹੜੀ ਕ੍ਰਾਂਤੀ ਦੇਸ਼ ਵਿੱਚ ਸ਼ੁਰੂ ਹੋਈ ਹੈ ਦਿੱਲੀ ਤੋਂ ਉਹਨੂੰ ਰੋਕਣ ਵਾਸਤੇ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਮੈਨੂੰ ਪਤਾ ਵੀ ਦੇਸ਼ ਉਹਨਾਂ ਦੇ ਨਾਲ ਹੈ ਅਸੀਂ ਸਾਰੇ ਉਹਨਾਂ ਦੇ ਨਾਲ ਹੈ ਉਹ ਬਿਲਕੁਲ ਨਹੀਂ ਡਰਨੇ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਪਾਕਿਸਤਾਨ ਦਾ ਬਾਰਡਰ ਨਹੀਂ ਖੁੱਲੇਗਾ ਵਾਗਾ ਬਾਰਡਰ ਦੇਖੋ ਇਹ ਉਹਨਾਂ ਦਾ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਨੇ ਫੈਸਲਾ ਲੈਣਾ ਕਿਵੇਂ ਕਰਨਾ ਕੀ ਨਹੀਂ ਕਰਨਾ ਲੇਕਿਨ ਅਗਰ ਸਾਡਾ ਬਾਰਡਰ ਖੁੱਲ੍ਹਦਾ ਸਾਡੀਆਂ ਏਜੰਸੀਜ਼ ਪੂਰਾ ਪ੍ਰੋਪਰ ਕੰਮ ਕਰਦੀਆਂ ਅਸੀਂ ਹੁਣ ਜਾਂਦੇ ਹਾਂ ਕਰਤਾਰਪੁਰ ਸਾਹਿਬ ਨਹੀਂ ਤੁਸੀਂ ਉੱਥੇ ਚੈਕਿੰਗ ਹੁੰਦੀ ਹੈ ਸਾਰੀ ਸੋ ਕਿਵੇਂ ਗੱਲ ਬਾਤ ਕਰੋਗੇ ਤੇ ਬਿਲਕੁਲ ਉੱਥੇ ਡਿਸਕਸ਼ਨ ਤਾਂ ਹੁੰਦੀ ਹੈ ਜੀ ਡਿਸਕਸ਼ਨ ਤਾਂ ਕਰਨਗੇ ਮੇਰਾ ਵਿਊ ਹੈ ਉਹਨਾਂ ਦਾ ਵਿਊ ਹੈ ਸੋ ਜੇ ਆਪਾਂ ਮਤਲਬ ਆਪਦੀ ਏਜੰਸੀ ਨੂੰ ਠੀਕ ਕਰ ਲਈਏ ਤਾਂ ਕੋਈ ਸਮਾਂ ਆਊਗਾ ਕਿਉਂ ਜੇ ਮੋਦੀ ਸਾਹਿਬ ਉੱਥੇ ਜਾ ਸਕਦੇ ਆ ਨਵਾਜ਼ ਸ਼ਰੀਫ ਕੋਲ ਤਾਂ ਫਿਰ ਬਾਰਡਰ ਵੀ ਕਿਤੇ ਖੁੱਲ ਸਕਦਾ ਅੱਜ ਨਹੀਂ ਖੁੱਲ ਸਕਦਾ ਫਿਰ ਫਿਊਚਰ ਖੁੱਲ ਸਕਦਾ ਉਹ ਤਾਂ ਲਗਾਤਾਰ ਵਾਰ ਹੋ ਰਹੇ ਆ ਜੀ ਲਗਾਤਾਰ ਵਾਰ ਹੋ ਰਹੇ ਆ ਔਰ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਮੀਡੀਆ ਨੂੰ ਆਮ ਲੋਕਾਂ ਨੂੰ ਇਕੱਠੇ ਹੋ ਕੇ ਇਹ ਜਿਹੜਾ ਦੇਸ਼ ਦੇ ਖਿਲਾਫ ਇੱਕ ਸਾਜਿਸ਼ ਹੈ ਜਿਹੜੀ ਫੈਡਰਲਿਜ਼ਮ ਦੇ ਖਿਲਾਫ ਬਹੁਤ ਸਾਰੇ ਚੈਨਲ ਬੰਦ ਹੋ ਰਹੇ ਆ ਜੀ ਦੇਖੋ ਜੇ ਕਿਤੇ ਕੋਈ ਇਲੀਗੈਲਿਟੀ ਹੁੰਦੀ ਹੈ ਤਾਂ ਉਹਦੇ ਐਕਸ਼ਨ ਜ਼ਰੂਰ ਹੋਏਗਾ